ਸਾਧ ਸੰਗਤ, ਆਪਨੇ ਕੁਛ ਮਹੀਨੇ ਤੋਂ ਲਾ ਕੇ ਹੁਣ ਤੱਕ ਗੁਰਬਾਣੀ ਦੇ ਕੀਰਤਨ ਦਾ ਔਰ ਵਿਚਾਰਾਂ ਦਾ ਲਾਭ ਉਠਾਇਆ। ਬਾਕੀ ਜਿਤਨਾ ਕੁ ਸਮਾਂ 9 ਵਜੇ ਤੱਕ ਦਾ ਆਪਣੇ ਪਾਸ ਹੈ, ਉਸਨੂੰ ਵੀ ਸਫਲਾ ਕਰਨ ਦੀ ਫਿਕਰ ਕਰੋ, ਸ਼ਬਦ ਵਿੱਚ ਬੋਲਿਆ ਕਰੋ। ਰਸਨਾ ਦੀ ਸਫਲਤਾ ਵਾਹਿਗੁਰੂ ਦਾ ਜਸ ਕੀਤਿਆਂ ਹੀ ਹੈ। ਨਾਮ ਲੈ ਤੂੰ ਗੋਬਿੰਦ ਕਾ ਸੁੱਚੀ ਪਈ ਰਸਨਾ। ਪੈਰਾਂ ਦੀ ਪਵਿੱਤਰਤਾ ਗੁਰੂ ਬਾਬੇ ਦੇ ਦਰਬਾਰ ਵੱਲ ਆਇਆ ਹੈ, ਔਰ ਨੇਤਰਾਂ ਦੀ ਪਵਿੱਤਰਤਾ ਗੁਰੂ ਦਾ ਦਰਸ਼ਨ ਕਰਕੇ ਹੈ। ਕੰਨਾਂ ਦੀ ਪਵਿੱਤਰਤਾ ਵਾਹਿਗੁਰੂ ਦਾ ਜਸ ਸੁਣ ਕੇ ਹੈ। ਜ਼ਬਾਨ ਦੀ ਪਵਿੱਤਰਤਾ ਵਾਹਿਗੁਰੂ ਦਾ ਜਸ ਕਰਕੇ ਹੈ। ਇਉਂ ਹਰੀ ਜਸ ਵਿੱਚ ਬੋਲਿਆ ਕਰੋ, ਪਹਿਲੇ ਦਾਸ ਬੋਲਿਆ ਕਰੋ, ਫਿਰ ਸਾਰੇ ਭਾਈ, ਤੀਸਰੇ ਪਾਸੇ ਸਭ ਬੀਬੀਆਂ, ਬੋਲਣ ਦੀ ਖੇਚਲ ਕਰਿਆ ਕਰੋ, ਬੱਚਿਆਂ ਨੂੰ ਚੁੱਪ ਰੱਖਣ ਦੀ ਕਿਰਪਾ ਕਰੋ। ਜਿਨ੍ਹਾਂ ਬੀਬੀਆਂ ਪਾਸ ਬੱਚੇ ਹਨ, ਉਹਨਾਂ ਨੂੰ ਚਾਹੀਦਾ ਪਹਿਲੇ ਪਿਛਲੇ ਪਾਸੇ ਬੈਠਣ, ਤਾਂ ਕਿ ਰੋਣ ਵੇਲੇ ਬੱਚੇ ਨੂੰ ਉੱਠ ਕੇ ਚੁੱਪ ਕਰਾਇਆ ਜਾ ਸਕੇ, ਹੋਰ ਸੰਗਤ ਦੇ ਰੰਗ ਵਿੱਚ ਭੰਗ ਨਾ ਪਵੇ। ਥੋੜ੍ਹਾ ਜਿਹਾ ਸਮਾਂ ਹੁੰਦਾ ਹੈ, ਉਸਨੂੰ ਪੂਰਾ ਪੂਰਾ ਸ਼ਾਂਤਮਈ ਨਾਲ ਸਫਲਾ ਕਰਨਾ ਚਾਹੀਦਾ। ਆ ਹੁਣ ਸਾਰੇ ਸ਼ਬਦ ਬੋਲੋ। ਰੱਖੋ ਰੱਖਣ ਹਾਰ ਦਿਆਲਾ, ਨਾਨਕ ਘਰ ਕੇ ਬੋਲੇ ਜੀ। ਬੋਲੇ ਜੀ।
ठाकुर प्रतिपालक नायक खसम हमारे निमक निमक तुम ही प्रतिपालो हम बारक तुमरे धारे जेबा एक कवन उन कहिए बेशुमार बेअंत स्वामी तेरो अंत न किन्हीं लइए राखो राखन हार दियाला नानक करके बोले राखो राखन हार दियाला नानक करके बोले Thank you.
अपराध मारे खंडो अनक विधि समझावो हम अज्ञान अल्प मत थोरी तुम आपन बिरद रखावो तुमरी शरण तुम्हारी आशा तुम ही सजन सुहेले राखो राखन हार दयाला नानक घर के गोले राखो राखन हार दयाला नानक घर के गोले राखो राखन हार दयाला नानक घर के गोले ਚਲ ਕਰੋ ਔਰ ਧਿਆਨ ਦੇ ਕੇ ਗੁਰੂ ਬਾਬਾ ਜੀ ਦੀ ਸਿੱਖਿਆ ਜੋ ਕਿ ਲੋਕ ਸੁਖੀ ਪਰਲੋਕ ਸੁਹੇਲਾ ਬਣਾਉਣ ਵਾਲੀ ਹੈ ਸੁਣਨ ਦੀ ਖੇਚਲ ਕਰੋ।
ਇਨਸਾਨ ਦੁਨੀਆ ਵਿੱਚ ਕੁਛ ਦੇਰ ਵਾਸਤੇ ਆਇਆ ਹੈ, ਸਦੀਵੀ ਰਹਿਣ ਦਾ ਇਹਦਾ ਥਾਂ ਨਹੀਂ। ਇਹ ਤਾਂ ਦੁਨੀਆ ਮੁਕਾਮ ਫਾਨੀ, ਉਹਨਾਂ ਦਾ ਮੁਕਾਮ ਹੈ ਚੰਦ ਰੋਜ਼ਾ ਇੱਥੇ ਕਿਆਮ ਕਰਨਾ ਹੈ। ਜਿਵੇਂ ਮੁਸਾਫਰ ਸੂਰਜ ਛਿਪੇ 'ਤੇ ਕਿਸੇ ਮੁਸਾਫਰਖਾਨੇ ਵਿੱਚ ਆ ਜਾਂਦਾ, ਰਾਤ ਕੱਟਦਾ ਹੈ, ਸੂਰਜ ਚੜ੍ਹੇ ਆਪਣਾ ਰਸਤਾ ਫੜਦਾ ਹੈ, ਇਸੀ ਤਰ੍ਹਾਂ ਇਸਦੀ ਹਾਲਤ ਹੈ। ਜਦੋਂ ਜਨਮ ਰੂਪੀ ਸੂਰਜ ਛਿਪਦਾ ਹੈ, ਇਸੀ ਘਰ ਵਿੱਚ ਆ ਜਾਂਦਾ, ਜਨਮ ਲੈ ਲੈਂਦਾ। ਉਮਰ ਰੂਪੀ ਰਾਤਰੀ ਕੱਟਦਾ ਹੈ, ਜਦੋਂ ਮੌਤ ਰੂਪੀ ਸੂਰਜ ਚੜ੍ਹਦਾ ਹੈ, ਕਰਮਾਂ ਅਨੁਸਾਰ ਅੱਗੇ ਚਲਾ ਜਾਂਦਾ। ਇਹ ਜੇ ਕਰਮ ਕਰਦਾ ਅੱਗੇ ਉਸਦੇ ਮੁਤਾਬਕ ਰਾਨੀ ਸੁਖਿਆ ਦੁੱਖ ਫਲ ਭੁਗਤਦਾ ਹੈ। ਹਾਂ, ਇਹ ਸਮਝਦਾ ਹੈ ਮੈਂ ਸਿਰਫ ਦੁਨੀਆ ਵਿੱਚ ਐਸ਼ੋ ਇਸ਼ਰਤ ਵਾਸਤੇ ਹੀ ਆਇਆ ਹਾਂ, ਜ਼ਿੰਦਗੀ ਦਾ ਮੁੱਦਾ ਇਹੀ ਹੈ, ਪਰ ਇਹ ਇਸਦੀ ਭੁੱਲ ਹੈ, ਗਲਤ ਫਹਿਮੀ ਹੈ। ਗੁਰੂ ਜੋ ਸਰਬੱਗ ਹੈ ਉਸ ਤੋਂ ਪੁੱਛਿਆ ਜਾਏ, ਉਹ ਤਾਂ ਇਉਂ ਫਰਮਾਉਂਦੇ ਹਨ, ਆਵਨ ਤੋਂ ਇੱਕ ਕੋ ਆਇਆ, ਜਨਮ ਤੰਬੋਏ ਮੋਹ ਨਹੀਂ ਮਾਇਆ। ਅਸਲ ਮਾਨਵ ਤਨ ਧਾਰ ਕੇ ਜਿੱਥੇ ਵਿਵਹਾਰਕ ਫਰਜ਼ ਸਿਰਫ ਸਰੀਰ ਤੱਕ ਹੀ ਮਹਦੂਦ ਹੈ, ਉਸ ਤੋਂ ਬਾਅਦ ਅੱਗੇ ਵੀ ਕਿਸੇ ਗੱਲਾਂ ਵਾਸਤਾ ਪੈਣਾ ਹੈ, ਉਹ ਵਾਹਿਗੁਰੂ ਅੰਤਰਜਾਮੀ ਦਾ ਭਜਨ ਹੈ। ਵਾਹਿਗੁਰੂ ਦਾ ਭਜਨ ਕਰਕੇ ਉਸਨੂੰ ਮਿਲ ਕੇ ਪੂਰਨ ਸੁਖੀ ਹੋਣ ਵਾਸਤੇ ਇਸਦੇ ਆਉਣ ਦਾ ਪਰਮ ਪ੍ਰਯੋਜਨ ਹੈ, ਇਉਂ ਫਰਮਾਉਂਦੇ ਹਨ। ਇੱਕ ਕੋ ਆਇਆ ਆਵਨ
ਅੰਤ ਏਕੈ ਕੋ ਆਇਆ, ਜਨਮਤ ਮੋਹ ਮੋਹਨੀ ਮਾਇਆ। ਆਇਆ ਤਾਂ ਭਜਨ ਕਰਨ ਵਾਸਤੇ ਅਮਾਨੁਕ ਤਨ ਥਾਰ ਕੇ, ਪਰ ਜੰਮਦਾ ਹੀ ਈਸ਼ਰੀ ਮਾਇਆ ਨੇ ਇਸਨੂੰ ਇਹੋ ਜਿਹਾ ਮੋਹਿਤ ਕੀਤਾ, ਇਸ ਲਈ ਫਰਜ਼ ਨੂੰ ਭੁੱਲ ਹੀ ਗਿਆ। ਜਿਵੇਂ ਕਿਸੇ ਨਸ਼ੇ ਦੇ ਅਧੀਨ ਹੋ ਕੇ ਇਨਸਾਨ ਆਪਣਾ ਆਪ ਅਤੇ ਆਪਣਾ ਫਰਜ਼ ਸਭ ਕੁਛ ਭੁੱਲ ਜਾਂਦਾ ਹੈ, ਇਸੀ ਤਰ੍ਹਾਂ ਹੀ ਜਿਤਨੀ ਦੇਰ ਤੱਕ ਇਸ ਨੂੰ ਅਵਿੱਦਿਆ ਦਾ ਨਸ਼ਾ ਚੜ੍ਹਿਆ ਹੋਇਆ ਹੈ, ਅਗਿਆਨ ਦਾ ਨਸ਼ਾ ਚੜ੍ਹਿਆ ਹੋਇਆ ਹੈ, ਅਸਲੀ ਫਰਜ਼ ਨੂੰ ਪਹਿਚਾਣ ਨਹੀਂ ਸਕਦਾ। ਇਹ ਨਸ਼ਾ ਦੂਰ ਹੁੰਦਾ ਹੈ ਜਿਉਂ ਜਿਉਂ ਸਤਸੰਗ ਕਰਦਾ ਹੈ, ਭਜਨ 'ਤੇ ਵਿਚਾਰ ਕਰਦਾ ਹੈ। ਇਸ ਕਰਕੇ ਇਹ ਵਾਹਿਗੁਰੂ ਦਾ ਭਜਨ ਕਰਨ ਵਾਸਤੇ ਦਰਅਸਲ ਆਇਆ ਹੈ। ਤੂੰ ਤਾਂ ਨਾਮ ਦੇ ਜਪਣ ਨੂੰ ਆਇਆ, ਮਾਇਆ ਵਾਲਾ ਜਾਲ
ਦਾ ਪ੍ਰਯੋਜਨ ਮਾਨੁਖ ਤਨ ਧਾਰ ਕੇ ਵਾਹਿਗੁਰੂ ਦਾ ਭਜਨ ਕਰਨਾ ਹੈ। ਇਸ ਫਰਜ਼ ਨੂੰ ਭੁੱਲ ਗਿਆ, ਸਿਰਫ ਆਪਣੀ ਜ਼ਿੰਦਗੀ ਨੂੰ ਦੁਨੀਆ ਤੱਕ, ਦੁਨੀਆ ਦੇ ਵਿਵਹਾਰਾਂ ਤੱਕ ਹੀ ਮਹਿਦੂਦ ਰੱਖ ਲਿਆ। ਹਾਲਾਂਕਿ ਇਨਸਾਨ ਦੇ ਦੋ ਫਰਜ਼ ਹਨ, ਇੱਕ ਵਿਵਹਾਰਕ, ਇੱਕ ਪਰਮਾਰਥ, ਇੱਕ ਲਾਜ਼ਮੀ, ਇੱਕ ਗੈਰ ਲਾਜ਼ਮੀ। ਲਾਜ਼ਮੀ ਫਰਜ਼ ਦੀ ਜੋ ਵਕਤ ਹੈ ਉਹ ਗੈਰ ਲਾਜ਼ਮੀ ਦੀ ਹਰਗਜ਼ ਹਰਗਜ਼ ਨਹੀਂ ਹੋਇਆ ਕਰਦੀ। ਲਾਜ਼ਮੀ ਫਰਜ਼ ਦਾ ਇਸਦਾ ਇਹ ਕੁਛ ਹੈ, ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਪਰ ਵਿਵਹਾਰਕ ਫਰਜ਼ ਦੀ ਬਾਬਤ ਕਹਿੰਦੇ ਨੇ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸਿੰਘ ਫਜ ਕੇਵਲ ਨਾਮ। ਆਓ, ਵਿਵਹਾਰਕ ਫਰਜ਼ ਵੀ ਇਸਨੇ ਆਪਣਾ ਅਦਾ ਕਰਨਾ ਹੈ, ਲੇਕਿਨ ਅਸਲੀ ਮੁੱਖ ਫਰਜ਼ ਵਾਹਿਗੁਰੂ ਦੀ ਬੰਦਗੀ ਕਰਨੀ ਹੈ, ਜਿਸ ਦੇ ਵਾਸਤੇ ਪ੍ਰਾਚੀਨ ਇਤਿਹਾਸ ਨੂੰ ਦੇਖਿਆ ਜਾਵੇ। ਰਾਜਿਆਂ ਮਹਾਰਾਜਿਆਂ ਨੇ ਰਾਜ ਭਾਗ ਛੱਡ ਕੇ ਉਹਨਾਂ ਦੀ ਕੁਰਬਾਨੀ ਕਰਕੇ, ਤਮਾਮ ਜਿਸਮ ਦੇ ਸੁੱਖਾਂ ਦੀ ਕੁਰਬਾਨੀ ਕਰਕੇ ਗੋਰਖ ਦੇ ਚੇਲੇ ਬਣੇ, ਤਾਂ ਕਿ ਕਿਸੇ ਅਵਿਨਾਸ਼ੀ ਸੁੱਖ ਨੂੰ, ਜਿਸ ਸੁੱਖ ਦਾ ਕਦੇ ਵੀ ਨਾਸ਼ ਨਾ ਹੋਵੇ, ਜਿਸ ਸੁੱਖ ਦੇ ਵਿੱਚ ਦੁੱਖ ਦਾ ਨਾਮੋ ਨਿਸ਼ਾਨ ਨਾ ਹੋਵੇ, ਉਸਨੂੰ ਪ੍ਰਾਪਤ ਹੋਇਆ ਜਾਵੇ। ਕਿਉਂਕਿ ਦੁਨੀਆ ਦੇ ਜਿਤਨੇ ਸੁੱਖ ਹਨ, ਇਹ ਅਨੇਕਾਂ ਕੰਡਿਆਂ ਦੇ, ਦੁੱਖ ਰੂਪ ਕੰਡਿਆਂ ਦੇ ਘਿਰੇ ਹੋਏ ਹਨ। ਜਿਵੇਂ ਗੁਲਾਬ ਦੇ ਵਿੱਚ ਜੇ ਖੁਸ਼ਬੂ ਹੁੰਦੀ ਹੈ, ਉਹਦੇ ਚਤਰਫੇ ਕੰਡੇ ਵੀ ਬਹੁਤੇ ਹੁੰਦੇ ਹਨ। ਇਸੇ ਤਰ੍ਹਾਂ ਦੁਨੀਆ ਦਾ ਥੋੜ੍ਹਾ ਜਿਹਾ ਸੁੱਖ ਜੇ ਹੈ ਕਿਤੇ, ਉਸਦੇ ਚਾਰ ਚੁਫੇਰੇ ਬਹੁਤੇ ਦੁੱਖ ਰੂਪ ਕੰਡੇ ਵੀ ਹਨ। ਪਰ ਇੱਕ ਅਵਿਨਾਸ਼ੀ ਸੁੱਖ ਹੈ, ਵਾਹਿਗੁਰੂ ਅੰਤਰਯਾਮੀ ਦਾ ਸੁੱਖ ਹੈ, ਉਸਦੇ ਭਜਨ ਦਾ ਸੁੱਖ ਹੈ, ਜਿਸਦੇ ਵਿੱਚ ਦੁੱਖ ਦਾ ਨਾਮ ਨਿਸ਼ਾਨ ਨਹੀਂ। ਉਸ ਸੁੱਖ ਦੇ ਵਾਸਤੇ ਉਹਨਾਂ ਨੇ ਰਾਜ ਭਾਗ ਛੱਡ ਕੇ, ਰਾਜੇ ਜਾਂ ਰਾਜਿਆਂ ਦੇ ਪੁੱਤਰ ਸਨ, ਗੋਰਖ ਦੇ ਜਿਤਨੇ ਚੇਲੇ ਸਨ। ਪਰ ਗੁਰੂ ਬਾਬੇ ਨੇ ਸਾਨੂੰ ਐਸਾ ਨਹੀਂ ਕਿਹਾ, ਹੁਕਮ ਕੀਤਾ ਹੈ, ਭਾਵੇਂ ਗ੍ਰਸਤ ਹੈ, ਭਾਵੇਂ ਤਿਆਗ ਹੈ, ਕਿਤੇ ਵੀ ਰਹੋ, ਪਰ ਆਪਣੇ ਪਰਮਾਰਥ ਫਰਜ਼ ਨੂੰ ਕਦੇ ਨਾ ਭੁੱਲੋ। ਵਿਵਹਾਰ ਫਰਜ਼ ਦੇ ਨਾਲ ਨਾਲ ਪਰਮਾਰਥ ਫਰਜ਼ ਵੀ ਅਦਾ ਕਰੀ ਚੱਲੋ, ਤਾਂ ਕਿ ਮੁਕੰਮਲ ਇਨਸਾਨ ਬਣ ਸਕੋ ਔਰ ਵਿਵਹਾਰ ਪਰਮਾਰਥ ਦੋਵੇਂ ਸਿੱਧ ਹੋਵੀ ਜਾਣ। ਇਉਂ ਗੁਰੂ ਬਾਬੇ ਦਾ ਫਰਮਾਨ ਹੈ। ਅੱਜ ਸਤਿਗੁਰੂ ਨਾਨਕ ਦੇਵ ਮਹਾਰਾਜ ਜਗ ਜਲੰਧੇ ਦੀ ਸਾਰ ਕਰਦੇ ਕਰਦੇ ਕਿਸੇ ਜੰਗਲ ਵਿੱਚ ਬੈਠੇ ਹੋਏ ਹਨ। ਮਰਦਾਨਾ ਰਬਾਬ ਵਜਾ ਰਿਹਾ ਹੈ, ਹਜ਼ੂਰ ਦੇ ਪਵਿੱਤਰ ਗਲੇ ਤੋਂ ਸ਼ਬਦ ਦਾ ਉਚਾਰਨ ਹੋ ਰਿਹਾ ਹੈ। ਤੂੰ ਤੂੰ ਮੋਹਿਨਾ, ਤੂੰ we'll be right back.
ਹੈ ਦਿਖਾਇਓ ਲੋਇਣਾ ਅੰਤਰ ਬਾਹਰ ਘੱਟ 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 ਕਿਤੂ ਤੇ ਤੂੰ ਹੀ ਮੋਹਿਣਾ। ਇਹ ਸ਼ਬਦ ਦਾ ਉਚਾਰਨ ਗੁਰੂ ਬਾਬਾ ਜੀ ਨੇ ਵਾਰ ਵਾਰ ਅਲਾਪ ਕੇ ਕੀਤਾ। ਮਰਦਾਨੀ ਨੇ ਰਬਾਬ ਵਜਾਇਆ ਤਾਂ ਤੂੰ ਹੀ ਦੀ ਧੁਨੀ ਨਾਲ ਸਾਰਾ ਜੰਗਲ ਦੀਆ ਬਾਨ ਗੂੰਜ ਉੱਠਿਆ, ਸਾਰੀ ਫਿਜ਼ਾ ਪਵਿੱਤਰ ਹੋ ਗਈ। ਮਰਦਾਨੇ ਨੇ ਰਬਾਬ ਰੱਖ ਦਿੱਤਾ। ਸਾਸਨ ਜਿੱਥੇ ਜਿੱਥੇ ਤੱਕ ਸ਼ਬਦ ਦੀ ਆਵਾਜ਼ ਪਹੁੰਚੀ, ਹਰ ਵਸਤੂ ਨੂੰ ਸ਼ੁੱਧੀ ਅਤੇ ਪਵਿੱਤਰਤਾ ਹਾਸਲ ਹੋਈ। ਦੁਨੀਆਂ ਦੇ ਵੀ ਸ਼ੁੱਧ ਵਸਤੂ ਵਾਹਿਗੁਰੂ ਜਾਂ ਉਸਦਾ ਨਾਮ ਹੀ ਹੈ, ਬਾਕੀ ਤਾਂ ਸਭ ਕੁਛ ਅਸ਼ੁੱਧ ਅਸਤ ਜੜ ਦੁੱਖ ਰੂਪ ਦੇ ਪਰਛਿੰਨ ਹੀ ਹੈ। ਜਿੱਥੇ ਬੈਠ ਕੇ ਵਾਹਿਗੁਰੂ ਦਾ ਭਜਨ ਹੁੰਦਾ ਹੈ, ਉਸ ਥਾਂ ਨੂੰ ਵੀ ਗੁਰੂ ਅਰਜਨ ਦੇਵ ਮਹਾਰਾਜ ਪਵਿੱਤਰ ਦਸਤਨੀ ਫਰਮਾਉਂਦੇ ਹਨ। ਪਰਬ ਪਿਆਰੇ ਜਿਨ ਜਿੱਥੇ ਤੇਰਾ ਨਾਮ ਜਪੀ
ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸਹੀ ਅਸਥਲ ਸਵੈਨ ਚੁਬਾਰੇ, ਜਿੱਥੇ ਵਾਹਿਗੁਰੂ ਦਾ ਭਜਨ ਹੁੰਦਾ, ਵੈਰਾਨ ਥਾਂ ਵੀ ਉਜਾੜ ਵੀ ਉਹ ਸ਼ੋਭਨੀਕ ਅਤੇ ਪਵਿੱਤਰ ਹਨ। ਅੱਜ ਕਿਸੇ ਜੰਗਲ ਬੀਆਬਾਨ ਵਿੱਚ ਸ਼ਿਵਜੀ ਔਰ ਪਾਰਵਤੀ ਵਿਚਰ ਰਹੇ ਹਨ। ਇੱਕ ਟਿੱਬਾ ਹੈ, ਝਾੜੀਆਂ ਹਨ, ਕੋਈ ਸਾਫ਼ ਥਾਂ ਨਹੀਂ। ਸ਼ਿਵਜੀ ਉਸਨੂੰ ਵਾਰ ਵਾਰ ਮੱਥੇ ਟੇਕੀ ਜਾਂਦੇ। ਇਹ ਦੇਖ ਕੇ ਪਾਰਵਤੀ ਪੁੱਛਣ ਲੱਗੀ, ਮਹਾਰਾਜ ਇਹ ਕੋਈ ਇਹੋ ਜਿਹਾ ਥਾਂ ਤਾਂ ਹੈ ਨਹੀਂ ਜਿੱਥੇ ਮੱਥੇ ਟੇਕੇ ਜਾਣ ਜਾਂ ਮੱਥੇ ਟੇਕਣ ਯੋਗ ਹੋਵੇ। ਇਹ ਤਾਂ ਵੈਰਾਨ ਥਾਂ ਹੈ, ਟਿੱਬਾ ਹੈ, ਝਾੜੀਆਂ ਹਨ। ਇਹ ਸੁਣ ਕੇ ਸ਼ਿਵਜੀ ਕਹਿਣਗੇ, ਪਾਰਵਤੀ ਤੈਨੂੰ ਨਹੀਂ ਪਤਾ, ਇਹ ਪਵਿੱਤਰ ਥਾਂ ਹੈ। ਇਹ ਥਾਂ ਬੈਠ ਕੇ ਰੱਬ ਦੇ ਪਿਆਰੇ ਨੇ ਬੜੀ ਦੇਰ ਤੱਕ ਬੰਦਗੀ ਕੀਤੀ ਹੈ, ਭਜਨ ਕੀਤਾ ਹੈ, ਜਿਸ ਕਰਕੇ ਇਸਦਾ ਜ਼ਰਾ ਜ਼ਰਾ ਪਵਿੱਤਰ ਹੈ, ਸ਼ੁੱਧ ਹੈ ਔਰ ਨਮਸਕਾਰ ਕਰਨ ਯੋਗ ਹੈ। ਸਾਧ ਸਿੰਘ, ਜਿੱਥੇ ਵਾਹਿਗੁਰੂ ਦਾ ਭਜਨ ਹੋਵੇ ਉਹ ਥਾਂ ਦੀ ਸ਼ੁੱਧੀ ਔਰ ਪਵਿੱਤਰਤਾ ਅਤੇ ਸ਼ਾਂਤੀ ਦੇ ਜਰਨ ਪ੍ਰਵੇਸ਼ ਕਰ ਜਾਂਦੇ ਹਨ। ਜਿਵੇਂ ਡਾਕਟਰ ਲੋਕ ਮੰਨਦੇ ਹਨ, ਜਿਸ ਮਕਾਨ ਜਾਂ ਕਿਸੇ ਕਮਰੇ ਵਿੱਚ ਕੋਈ ਮਲੇਰੀਏ ਦਾ ਮਰੀਜ਼ ਕੁਛ ਦੇਰ ਵਾਸਤੇ ਰਹਿ ਜਾਵੇ, ਉੱਥੇ 8-10 ਦਿਨ ਵਾਸਤੇ ਉਹਦੇ ਜਰਮ ਛੱਡ ਜਾਂਦਾ। ਕਿਸੇ ਹੋਰ ਮਕਾਨ ਜਾਂ ਕਮਰੇ ਵਿੱਚ ਕੋਈ ਟਾਈਫਾਈਡ ਦਾ ਮਿਆਦੀ ਬੁਖਾਰ ਦਾ ਮਰੀਜ਼ ਰਹਿ ਜਾਏ, ਉੱਥੇ ਲੋਕ ਮੰਨਦੇ ਹਨ, ਡਾਕਟਰ ਲੋਕ ਮੰਨਦੇ ਹਨ ਬਈ ਤਕਰੀਬਨ 2 ਹਫ਼ਤੇ ਵਾਸਤੇ ਉਸਦੇ ਕਿਰਮ ਰਹਿ ਜਾਂਦੇ ਹਨ। ਕਿਸੇ ਹੋਰ ਸਥਾਨ ਜਾਂ ਕਮਰੇ ਵਿੱਚ ਕੋਈ TB ਦਾ ਤਪਦਿਕ ਦਾ ਮਰੀਜ਼ ਰਹਿ ਜਾਏ, ਉੱਥੇ 6 ਮਹੀਨੇ ਵਾਸਤੇ ਉਹਦੇ ਜਰਮਜ਼ ਰਹਿ ਜਾਂਦੇ ਹਨ। ਜੇ ਕੋਈ ਤੰਦਰੁਸਤ ਆਦਮੀ ਉੱਥੇ ਨਿਵਾਸ ਕਰੇ, ਰਿਹਾਇਸ਼ ਕਰੇ, ਉਸਨੂੰ ਉਹ ਬਿਮਾਰੀ ਲੱਗ ਜਾਣ ਦਾ ਖਤਰਾ ਹੋਇਆ ਕਰਦਾ। ਜਦੋਂ ਦੁਨਿਆਵੀ ਬਿਮਾਰੀਆਂ ਦੀ ਬਾਬਤ ਇਹ ਹਾਲ ਹੈ, ਉਹਨਾਂ ਦੇ ਜਨਮ ਹਾਲਾਂਕਿ ਦੀਂਦੇ ਨਹੀਂ, ਅਤੀ ਸੂਖਮ ਹਨ, ਪਰ ਉੱਥੇ ਰਹਿਣ ਵਾਲਿਆਂ ਦੇ ਕਿਤਨਾ ਗਹਿਰਾ ਅਸਰ ਕਰਨ ਨੂੰ ਸਮਰੱਥ ਹਨ। ਇਸੇ ਤਰ੍ਹਾਂ ਹੀ ਵਾਹਿਗੁਰੂ ਅੰਤਰਯਾਮੀ ਦੀ ਭਜਨ ਕਰਨ ਵਾਲਾ ਪੁਰਸ਼ ਜੋ ਇੱਕ ਮਨ ਹੋ ਕੇ, ਸ਼ਾਂਤਚਿੱਤ ਹੋ ਕੇ ਵਾਹਿਗੁਰੂ ਦਾ ਭਜਨ ਕਰਦਾ ਹੈ ਕਿ ਉਸ ਥਾਂ ਦੇ ਵਿੱਚ ਉਸਦੇ ਸ਼ਾਂਤੀ ਦੇ ਔਰ ਸ਼ੁੱਧੀ ਦੇ ਜਰਮ ਨਿਵਾਸ ਕਰਨਗੇ ਕਿ ਨਾ ਕਰਨਗੇ, ਜ਼ਰੂਰ ਹੀ ਕਰਨਗੇ। ਇਹ ਦੱਸਿਆ ਹੈ ਜਿੱਥੇ ਇੱਕ ਮਨ ਹੋ ਕੇ ਕੁਛ ਦੇਰ ਕੋਈ ਵਾਹਿਗੁਰੂ ਦਾ ਪਿਆਰਾ ਵਾਹਿਗੁਰੂ ਦਾ ਭਜਨ ਕਰ ਜਾਏ, ਉੱਥੇ 100 ਸਾਲ ਵਾਸਤੇ ਸ਼ੁੱਧੀ ਔਰ ਸ਼ਾਂਤੀ ਦੇ ਜਨਮ ਦੇ ਨਿਵਾਸ ਕਰ ਜਾਂਦੇ ਹਨ। ਇਸ ਕਰਕੇ ਹੀ ਗੁਰੂ ਅਰਜਨ ਦੇਵ ਮਹਾਰਾਜ ਐਸਾ ਫਰਮਾਉਂਦੇ ਹਨ, ਪਰਮ ਪਿਆਰੇ ਜੀ ਜਿੱਥੇ ਤੇਰਾ ਨਾਮ we'll be right back.
ਕਿੰਨੀ ਸ਼ੁੱਧ ਵਸਤੂ ਵਾਹਿਗੁਰੂ ਦਾ ਭਜਨ। ਇਸ ਤੋਂ ਉਲਟ ਇਉਂ ਵੀ ਦੱਸਿਆ ਹੈ, ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਸਹੀ ਨਗਰ ਉਜਾੜੀ ਜੀਉ। ਜਿੱਥੇ ਵਾਹਿਗੁਰੂ ਦਾ ਭਜਨ ਨਹੀਂ ਹੁੰਦਾ, ਰੱਬ ਦੀ ਯਾਦ ਨਹੀਂ, ਉਹ ਭੁੱਖ ਵਸੋਂ ਵੀ ਉਜਾੜ ਰੂਪ ਹੈ। ਦੇਖੋ ਨਾ, ਕਾਸ਼ੀ ਵਿੱਚ ਭਗਤ ਕਬੀਰ ਜੀ ਹੋਏ ਹਨ, ਪ੍ਰਭੂ ਦੇ ਪਰਮ ਭਗਤ ਹੋਏ ਹਨ। ਇੱਕ ਦਫਾ ਕਾਸ਼ੀ ਵਿੱਚ ਬੜਾ ਭਾਰਾ ਮੇਲਾ ਲੱਗਿਆ। ਕੁਝ ਸੱਜਣਾਂ ਨੇ ਆ ਕੇ ਭਗਤ ਕਬੀਰ ਜੀ ਨੂੰ ਕਿਹਾ, ਭਗਤ ਜੀ ਦੇਖੋ ਨਾ, ਸ਼ਹਿਰ ਦੇ ਵਿੱਚ ਜਲਸੇ ਮੁਜਰੇ ਨਾਟਕ ਛੇਟ ਢੋਲ ਢਮੱਕੇ ਕੈਸੇ ਰੰਗ ਤਮਾਸ਼ੇ ਹੋ ਰਹੇ ਹਨ, ਤੁਸੀਂ ਵੀ ਚੱਲ ਕੇ ਵੇਖੋ। ਇਹ ਸੁਣ ਕੇ ਕਬੀਰ ਜੀ ਕਹਿੰਦੇ, ਜਲਸੇ ਮੁਜਰੇ ਨਾਟਕ ਛੇਟ, ਇਹ ਚੀਜ਼ਾਂ ਜਿਹੜੀਆਂ ਹਨ ਸੰਤਾਂ ਭਗਤਾਂ ਦਾ ਵਿਸ਼ਾ ਨਹੀਂ ਹੁੰਦਾ, ਕਿਉਂ ਇਹਨਾਂ ਥਾਵਾਂ ਦੇ ਵਿੱਚ ਮਨ ਖਿੰਡ ਜਾਂਦਾ, ਮੈਲਾ ਹੋ ਜਾਂਦਾ। ਖਿੰਡਿਆ ਔਰ ਮੈਲਾ ਮਨ ਅਸ਼ਾਂਤ ਔਰ ਦੁਖੀ ਹੋਇਆ ਕਰਦਾ ਹੈ। ਇਨਸਾਨ ਸੁੱਖ ਅਤੇ ਸ਼ਾਂਤੀ ਚਾਹੁੰਦਾ ਹੈ, ਉਹ ਮਨ ਦੇ ਸ਼ੁੱਧ ਔਰ ਇਕੱਠਾ ਹੋਣ ਵਿੱਚ ਹੈ। ਮਨ ਦੀ ਸ਼ੁੱਧੀ ਔਰ ਮਨ ਦਾ ਇਕੱਠਾ ਹੋਣਾ ਸਤਸੰਗ ਦੁਆਰਾ ਭਜਨ ਵਿੱਚ ਹੋਇਆ ਕਰਦਾ ਹੈ। ਆਮ ਲੋਕਾਂ ਨੂੰ ਇਸ ਗੱਲ ਦਾ ਪਤਾ ਨਹੀਂ, ਇਸ ਕਰਕੇ ਅਗਿਆਨ ਪੁਰਸ਼ ਅਗਿਆਨੀ ਪੁਰਸ਼ ਬਾਲਕਾਂ ਦੀ ਨਿਆਈ ਇਹਨਾਂ ਢੋਲ ਢਮੱਕਿਆਂ ਜਲਸਿਆਂ ਮੁਜਰਿਆਂ ਨੂੰ ਪਸੰਦ ਕਰਦੇ ਹਨ। ਸੰਤ ਜਿਹੜੇ ਹਨ ਉਹ ਇਹਨਾਂ ਨੂੰ ਪਸੰਦ ਨਹੀਂ ਕਰਦੇ। ਸੰਤਾਂ ਦਾ ਵਿਸ਼ਾ ਸਤਸੰਗ ਹੋਇਆ ਕਰਦਾ, ਜਿੱਥੇ ਸਤਸੰਗ ਹੋਵੇ ਵਾਹਿਗੁਰੂ ਦਾ ਜਸ ਹੋਵੇ ਉੱਥੇ ਨੱਠ ਨੱਠ ਜਾਈਏ। ਪਰ ਜੇ ਤੁਸੀਂ ਬਹੁਤ ਮਜਬੂਰ ਕਰਦੇ ਹੋ, ਇੱਕ ਗੱਲ ਨੂੰ ਮੁੱਖ ਰੱਖ ਕੇ ਚੱਲੇ ਆਉਂਦੇ ਹਾਂ, ਉੱਠ ਫਰੀਦਾ ਸੁੱਤਿਆ ਦੁਨੀਆ ਦੇਖਣ ਜਾ, ਕੋਈ ਮਿਲ ਜੇ ਬਖਸ਼ਿਆ ਰੱਬ ਦਾ ਤੂੰ ਵੀ ਬਖਸ਼ਿਆ ਜਾ। ਸ਼ਾਇਦ ਇਹੋ ਜਿਹਾ ਬੰਦਾ ਕੋਈ ਮਿਲ ਜਾਏ, ਕਿਉਂ ਭਗਤ ਕਬੀਰ ਜੀ ਉਹਨਾਂ ਨਾਲ ਉੱਠ ਕੇ ਚੱਲ ਪੈਂਦੇ ਹਨ। ਸਾਰੇ ਸ਼ਹਿਰ ਵਿੱਚ ਫਿਰੇ, ਜਲਸੇ ਮੁਜਰੇ ਨਾਟਕ ਚੇਟਕ ਢੋਲ ਢਮੱਕੇ ਤਾਂ ਥਾਂ ਥਾਂ ਹੋ ਰਹੇ ਸਨ, ਪਰ ਰੱਬ ਦਾ ਪਿਆਰਾ ਉਹਨਾਂ ਨੂੰ ਕੋਈ ਨਹੀਂ ਮਿਲਿਆ। ਵਾਪਸੀ ਵਿੱਚ ਉਹ ਲੋਕ ਕਹਿਣਗੇ, ਦੇਖਿਆ ਭਗਤ ਜੀ ਕਿਤਨੀਆਂ ਰੌਣਕਾਂ ਠੌਣਕਾਂ ਸਨ। ਕਬੀਰ ਜੀ ਕਹਿੰਦੇ, ਤੁਹਾਡੇ ਭਾਅ ਦੀਆਂ ਹੋਣਗੀਆਂ, ਮੇਰੇ ਭਾਅ ਦਾ ਤਾਂ ਉਜਾੜ ਸੀ, ਕਿਉਂ ਮੈਨੂੰ ਕੋਈ ਰੱਬ ਦਾ ਪਿਆਰਾ ਨਹੀਂ ਮਿਲਿਆ। ਉਸ ਮੌਕੇ ਹੀ ਇਹ ਸ਼ਲੋਕ ਉਚਾਰਨ ਕੀਤਾ ਨਾ ਭਗਤ ਕਬੀਰ ਜੀ ਨੇ, ਦਿਸਦਾ ਉਜਾੜ ਹੈ ਰਾਮ ਦੇ ਪਿਆਰੇ ਵਾਲੋਂ।
ਫਿਰਿਓ, ਕੌਤਕ ਠਾਉ ਠਾਏ, ਪਰਿਕਰਾਮ ਸੁਨੇਹੀ ਬਾਹਰਾ ਉੱਜੜ ਮੇਰੇ ਪਾਰ। ਜਿੱਥੇ ਜਿੱਥੇ ਮੈਂ ਫਿਰਿਆ, ਕੌਤਕ ਰਾਗ ਰੰਗ ਤਾਂ ਬੜੇ ਹੁੰਦੇ ਸਨ, ਪਰ ਰੱਬ ਦਾ ਪਿਆਰਾ ਮੈਨੂੰ ਕੋਈ ਨਹੀਂ ਮਿਲਿਆ, ਇਸ ਕਰਕੇ ਮੇਰੇ ਪਾ ਦਾ ਤਾਂ ਉਜਾੜ ਸੀ। ਇਉਂ ਗੁਰੂ ਜੀ ਕਹਿੰਦੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਸਹੀ ਨਗਰ ਉਜਾੜੀ ਜੀਓ, ਸੰਤਨ ਕੀ ਚੁਗਿਆ ਭਲੀ, ਪਟਕ ਸੱਤੀ ਗਾਂ, ਆਗ ਲਗੇ ਤੈਂ ਧੌਲ ਹਰ ਜੈ ਨਾਹੀਂ ਹਰ ਕੋ ਨਾ। ਬਾਣੀ ਤਾਂ ਇਉਂ ਦੱਸਦੀ ਹੈ। ਆਓ, ਉਸ ਮੁੱਖ ਨੂੰ, ਉਸ ਜ਼ਬਾਨ ਨੂੰ ਵੀ ਪਵਿੱਤਰ ਕਹਿੰਦੇ ਹਨ ਜਿਹਦੇ ਨਾਲ ਵਾਹਿਗੁਰੂ ਦਾ ਭਜਨ ਹੋਵੇ, ਇਉਂ ਫਰਮਾਉਂਦੇ ਹੈ। ਜਿਹੜਾ ਸਤਨਾਮ ਸਤਨਾਮ ਜਪਦਾ ਤਨ ਹੈ, ਜੈਮੁਖ ਕਹੀਏ ਰਾਮ, ਦੇਹੀ ਕਿਸ਼ਕੀ ਬਾਪਰੀ, ਪਵਿੱਤਰ ਹੋਏ ਗੋ ਗ੍ਰਾਮ। ਉਹ ਮੁਖ ਧੰਨਤਾ ਯੋਗ ਅਤੇ ਪਵਿੱਤਰ ਹੈ, ਜਿਸ ਨਾਲ ਵਾਹਿਗੁਰੂ ਦਾ ਜਸ ਹੋਵੇ, ਵਾਹਿਗੁਰੂ ਦਾ ਭਜਨ ਹੋਵੇ। ਫਿਰ ਕਹਿਣ ਲੱਗੇ, ਜੀ ਭਜਨ ਕੀਤਿਆਂ ਦੇਹ ਪਵਿੱਤਰ ਹੋ ਸਕਦੀ ਹੈ ਆ ਕਿ ਨਹੀਂ? ਉਹ ਕਹਿੰਦੇ, ਦੇਹ ਕਿਸ ਦੀ ਵਿਚਾਰੀਏ ਪਵਿੱਤਰ ਨਾ ਹੋਵੇ, ਪਵਿੱਤਰ ਹੋਏ ਗੋ ਗ੍ਰਾਮ। ਗ੍ਰਾਮ ਪਵਿੱਤਰ ਹੋ ਜਾਂਦਾ, ਕੁਲਾਂ ਪਵਿੱਤਰ ਹੋ ਜਾਂਦੀਆਂ। ਗੁਰਮੁਖ ਇੱਕੀ ਕੁਲਾਂ ਧਾਰਾ ਹੈ, ਗੁਰਮੁਖ ਦੀਆਂ ਇੱਕੀ ਕੁਲਾਂ ਤਰ ਜਾਂਦੀਆਂ। ਇੱਕ ਥਾਂ ਦੱਸਿਆ, 101 ਕੁਲ ਤਰਦੀ ਹੈ ਬ੍ਰਹਮਵੇਤੇ ਦੀ ਭਜਨ ਕਰਦਾ ਕਰਦਾ। ਜੋ ਆਖਰੀ ਸਟੇਜ ਭਜਨ ਦੀ ਵਾਹਿਗੁਰੂ ਦਾ ਮਿਲਾਪ ਹੈ, ਉੱਥੇ ਪਹੁੰਚ ਜਾਂਦਾ ਹੈ, ਉਹਨਾਂ ਦੀਆਂ 101 ਕੁਲਾਂ ਤਰਦੀਆਂ। ਪਿਤਾ ਪਾਛੇ 24, 20 ਮਾਤਾ ਕੇ ਜਾਣੋ, ਖੋੜ ਸਤਰੀ ਪ੍ਰਮਾਣ, ਮਾਸ ਪੁੱਤਰੀ ਕੇ ਮਾਨੋ, ਦਵਾਦਸ਼ ਕੁਲ ਭੈਣ, 10 ਭੂਆ ਕੇ ਲੇਖੇ, ਸਾਧ ਕੁਲ ਮਾਤ ਭੈਣ, ਸੁਰਤ ਸਿਮਰਤ ਕਰ ਲੇਖੇ, ਤਤਵੇ ਤਾਤਰੀ ਕਾਲ ਮੇਂ ਕਰ ਵਿਚਾਰ ਐਸੇ ਕਿਹੋ,
ਭਗਤ ਹੋ ਤਾਂ ਜਿਸ ਵੰਸ਼ ਮੈਂ ਇੱਕ ਸ਼ਤ ਇੱਕ ਕੁਲ ਉਧਰੇ ਹੋ, 101 ਕੁਲਿਓਂ ਤਰ ਜਾਂਦੀ ਹੈ ਕਿਵੇਂ, ਪਿਤਾ ਪਾਸੇ 24, ਦਾਦਕੇ ਘਰ ਦੀਆਂ 24 ਕੁਲਾਂ ਤਰਦੀਆਂ ਹਨ, 20 ਮਾਤਾ ਕੇ ਜਾਨ, 20 ਕੁਲਾਂ ਨਾਨਕੇ ਘਰ ਦੀਆਂ ਤਰਦੀਆਂ ਹਨ, ਖੋੜ ਸਤਰੀਆ ਪ੍ਰਮਾਣ, 16 ਕੁਲਾਂ ਸਹੁਰੇ ਘਰ ਦੀਆਂ ਤਰਦੀਆਂ ਹਨ, ਮਾਸ ਪੁੱਤਰੀ ਕੇ ਮਾਨੋ, 12 ਕੁਲਾਂ ਜਿਸ ਘਰ ਵਿੱਚ ਲੜਕੀ ਹੋਵੇ, ਦੁਆਦਸ਼ ਕੁਲ ਭੈਣ, 10 ਕੁਲਾਂ ਜਿਸ ਘਰ ਵਿੱਚ ਭੈਣ ਹੋਵੇ, 10 ਭੂਆ ਕੇ ਲੇਖੇ, 10 ਕੁਲਾਂ ਜਿਸ ਘਰ ਵਿੱਚ ਪਿਤਾ ਦੀ ਭੈਣ ਹੋਵੇ, 7 ਕੁਲ ਮਾਤ ਭੈਣ, 7 ਕੁਲਾਂ ਮਾਤਾ ਦੀ ਭੈਣ ਮਾਸੀ, ਇਹਨਾਂ ਦੀਆਂ ਵੀ ਤਰ ਜਾਂਦੀਆਂ, ਇਹਨਾਂ ਨੂੰ ਜੇਕਰ ਜਮ੍ਹਾਂ ਕੀਤਾ ਜਾਏ ਤਾਂ 101 ਬਣ ਜਾਂਦੀ ਹੈ। ਇਉਂ ਕਹਿੰਦੇ ਤੱਤਵੇ ਤਾਂ ਤ੍ਰਿਕਾਲਵੇਂ ਕਰ ਵਿਚਾਰ ਐਸੇ ਕਿਹੋ। ਤੱਤਵੇ ਤਾਂ ਤ੍ਰਿਕਾਲੀ ਮਹਾਤਮਾ ਨੇ, ਤ੍ਰਿਕਾਲੀ ਉਹਨੂੰ ਕਹਿੰਦੇ ਹਨ ਜਿਹਨੂੰ ਭੂਤ ਭਵਿੱਖ ਵਰਤਮਾਨ ਦੀ ਖਬਰ ਹੋਵੇ, ਜੋ ਹੋ ਚੁੱਕਿਆ, ਜੋ ਹੋ ਰਿਹਾ, ਜੋ ਹੋਵੇਗਾ ਸੰਸਾਰ ਵਿੱਚ, ਸਭ ਪਤਾ ਹੋਵੇ, ਉਸਨੂੰ ਤ੍ਰਿਕਾਲੀ ਕਹਿੰਦੇ ਹਨ। ਤ੍ਰਿਕਾਲੀ ਮਹਾਤਮਾ ਨੇ ਆਪਣੇ ਅਨੁਭਵ 'ਤੇ ਵਿਚਾਰ ਕੇ ਇਹ ਕਿਹਾ ਹੈ, ਭਗਤ ਹੋ ਤਾਂ ਜਿਸ ਵੰਸ਼ ਮੈਂ ਇੱਕ ਸ਼ਤ ਇੱਕ ਕੁਲ ਉਧਰੇ ਹੋ, ਜਿਸ ਕੁਲ ਦੇ ਵਿੱਚ ਇੱਕ ਭਗਤ ਪੈਦਾ ਹੋ ਗਿਆ ਉਹਦੀ 101 ਕੁਲ ਤਰ ਜਾਂਦੀ ਹੈ। ਤਦੇ ਕਬੀਰ ਜੀ ਕਹਿੰਦੇ, ਕਬੀਰ ਸਹੀ ਕੁਲ ਭਲੀ, ਜੇ ਕੁਲ ਹਰ ਕੋ ਦਾਸ, ਜੇ ਕੁਲ ਦਾਸ ਨ ਉਪਜੈ, ਸੋ ਕੁਲ ਢਾਕ ਪਲਾਸ। ਉਸ ਕਲ ਕੁਲ ਨੂੰ ਬੇਅਰਥ ਮੰਨਿਆ ਜਿਹਦੇ ਵਿੱਚ ਕੋਈ ਰੱਬ ਦੀ ਬੰਦਗੀ ਕਰਨ ਵਾਲਾ ਪੈਦਾ ਨਹੀਂ ਹੋਇਆ, ਤਾਂ ਤਾਂ ਉਹ ਮੁੱਖ ਪਵਿੱਤਰ ਅਤੇ ਧੰਨਤਾ ਯੋਗ ਹੈ। ਜਿਹੜਾ ਸਤਨਾਮ ਸਤਨਾਮ ਜਪਦਾ ਧੰਨ ਹੈ, ਭਜਨ ਹੋਵੇ। ਪਰ ਇਸ ਤੋਂ ਉਲਟ ਇਉਂ ਵੀ ਦੱਸਿਆ ਹੈ, ਸਹੀ ਮੁੱਖ ਡਰਾਵਣੇ ਜਿਨ੍ਹਾਂ ਵਸਾਰਿਓ ਨਾ, ਇੱਥੇ ਦੁੱਖ ਘਨੇਰਿਆ ਅੱਗੇ ਠੌਰ ਨਾ ਠਾਂ। ਉਹ ਮੁੱਖ ਵੱਜੇ ਹਨ, ਡਰਾਉਣੇ ਹਨ,
ਜਿਨ੍ਹਾਂ ਰੱਬ ਦਾ ਭਜਨ ਵਿਸਾਰ ਦਿੱਤਾ ਹੈ, ਇੱਥੇ ਬੜੇ ਦੁੱਖ ਝੱਲਣੇ ਪੈਂਦੇ ਹਨ। ਮਰਨ ਤੋਂ ਬਾਅਦ ਉਹ ਅਨੇਕਾਂ ਨਿਸ਼ਿਧ ਜੋਨੀਆਂ ਵਿੱਚ ਫਿਰਨਾ ਪੈਂਦਾ। ਇਉਂ ਕਹਿੰਦੇ ਹਨ, ਬਿਨਾਂ ਨਾਮ ਤੋਂ ਡਰਾਉਣਾ ਤੇਰਾ ਮਸੂੜਾ, ਇੱਥੇ ਦੁੱਖ ਘਨੇਰਿਆ ਅੱਗੇ ਠੌਰ ਨਾ ਠੌਰ। ਵੀਰ ਜੀ ਕਾਸ਼ੀ ਵਿੱਚ ਇੱਕ ਨਾਸਤਕ, ਉੱਪਰੋਂ ਲਿਬਾਸ ਤਾਂ ਉਹਦੇ ਭਗਵਾਨ ਸਾਧੂਆਂ ਵਾਲਾ, ਲੇਕਿਨ ਨਾਸਤਕ ਬੰਦਾ ਸੀ, ਰੱਬ ਦੀ ਹਸਤੀ ਤੋਂ ਮੁਨਕਰ ਸੀ, ਕਿਸੇ ਜ਼ਿਮੀਂਦਾਰ ਦੇ ਘਰ ਰਹਿੰਦਾ ਸੀ, ਖਾਂਦਾ ਪੀਂਦਾ ਬਸ ਰੱਬ ਦੀ ਬਾਬਤ, ਤਾਂ ਜੇ ਕੋਈ ਕਹਿੰਦਾ ਉਲਟਾ ਨੁਕਤਾਚੀਨੀ ਅਤੇ ਕ੍ਰਿਟੀਸਾਈਜ਼ ਹੀ ਜਾਣਦਾ ਸੀ, ਹੋਰ ਕੁਛ ਨਹੀਂ। ਕਬੀਰ ਜੀ ਨੇ ਕਈ ਦਫ਼ਾ ਉਸਨੂੰ ਕਹਿਣਾ, ਬਾਬਾ ਭਜਨ ਕਰਿਆ ਕਰ, ਤੇਰਾ ਵੀ ਭਲਾ ਹੋ ਜਾਏਗਾ, ਜਿਸਦਾ ਖਾਨ ਹੈ ਉਸਦਾ ਵੀ ਭਲਾ ਹੋ ਜਾਏਗਾ, ਅਗਰ ਤੂੰ ਭਜਨ ਨਹੀਂ ਕਰੇਗਾ ਤੈਨੂੰ ਵੀ ਦੁੱਖ ਅਤੇ ਇਹਨੂੰ ਵੀ ਦੁੱਖ। ਇਉਂ ਕਬੀਰ ਜੀ ਨੇ ਕਈ ਦਫ਼ਾ ਸਮਝਾਉਣਾ ਪਰ ਉਸਨੇ ਇੱਕ ਨਹੀਂ ਮੰਨੇ। ਅਖੀਰ ਸਮਾਂ ਤੁਰਿਆ ਹੀ ਜਾਂਦਾ ਹੈ, ਛਿੰਨ ਛਿੰਨ ਕਰਕੇ ਉਮਰ ਬੀਤਦੀ ਜਾਂਦੀ ਹੈ। ਸਾਧ ਸਿੰਘ ਪਤਾ ਉਮਰ ਦੀ ਕਿਹੋ ਜਿਹੀ ਅਵਸਥਾ ਹੈ, ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਘ ਕੀ ਛਾਇਆ,
ਹਰ ਕੇ ਭਜਨ ਬਿਨ ਜੈਸੇ ਹੜਕਾ ਜਲ। ਹਾਂ, ਜਿਹੜੀ ਮਾਇਆ ਹੈ ਉਮਰ ਮਾਇਆ ਰੂਪ ਹੈ, ਛਲ ਰੂਪ ਹੈ। ਜਿਵੇਂ ਫੂਸ ਦੀ ਅੱਗ ਥੋੜ੍ਹਾ ਚਿਰ ਵਾਸਤੇ ਹੁੰਦੀ ਹੈ, ਤਿਰਣ ਕੀ ਅਗਨ ਮੇਘ ਕੀ ਛਾਇਆ ਬੱਦਲਾਂ ਦੀ ਛਾਂ, ਔਰ ਹੜ੍ਹ ਦਾ ਜਲ ਥੋੜ੍ਹਾ ਚਿਰ ਵਾਸਤੇ ਆਇਆ ਅਤੇ ਲੰਘ ਗਿਆ। ਇਸੀ ਤਰ੍ਹਾਂ ਉਮਰ ਜਿਹੜੀ ਹੈ ਬਚਪਨ ਨੂੰ ਜਵਾਨੀ ਖਾ ਜਾਂਦੀ ਹੈ, ਜਵਾਨੀ ਨੂੰ ਬੁਢਾਪਾ, ਅਖੀਰ ਮੌਤ ਦੇ ਵਸ ਪੈਂਦਾ ਹੈ ਇਹ ਜੀਵ। ਹਰ ਇੱਕ ਨੇ ਹੀ ਮੌਤ ਦੇ ਵਸ ਪੈਣਾ ਹੈ, ਇਸ ਕਰਕੇ ਇਸ ਨੂੰ ਛਲ ਰੂਪ ਦੱਸਿਆ ਹੈ। ਛਲ ਹੈ ਛਲ ਹੈ ਛਲ ਹੈ ਮਾਇਆ ਛਲ ਹੈ ਕਰਕੇ ਔਦ ਬੀਤ ਜਾਂਦੀ ਹੈ। ਚੇਤਨਾ ਹੈ ਤੋ ਚੇਤ ਲੈ ਨਿਸ਼ਦਿਨ ਮੈਂ ਪ੍ਰਾਣੀ, ਛਿਨ ਛਿਨੀ ਔਦ ਵਿਹਾਤ ਹੈ ਫੂਟੇ ਘਟ ਜੂ ਪ੍ਰਾਣੀ। ਪਾਵ ਦੋਏ ਸਿੰਘ ਗੁੰਗ ਮੁਖਤਬ ਕੈਸੇ ਗੁਣ ਗਈ ਹੈ, ਉਠਤ ਬੈਠਤ ਠੇਂਗਾ ਪਰ ਹੈ ਤਬਕਤ ਮੂੰਡ ਲੁਕਈ ਹੈ, ਹਰ ਬਿਨ ਬੈਲ ਬਰਾਨੇ ਹੋਈ ਹੈ, ਫਾਟੀ ਨਾਕਨ ਟੂਟੇ ਕਾਂਧਨ ਕੋਦੋ ਕੋ ਖਈ ਹੈ, ਸਾਰੋ ਦਿਨ ਡੋਲਤ ਬਨ ਮਹੀ ਅਜੋ ਨ ਪੇਟ ਗਈ ਹੈ, ਤਿੰਨ ਭਗਤਨ ਕੋ ਕਿਹੋ ਨਾ ਮਾਨਿਓ ਕਿ ਉਹ ਆਪਣੋ ਪਈ ਹੈ। ਇਉਂ ਉਸ ਮੌਕੇ ਕਬੀਰ ਜੀ ਕਹਿੰਦੇ, ਜਿਸ ਵਕਤ ਤੈਨੂੰ ਸਮਝਾਈਂਦਾ ਸੀ ਭਜਨ ਕਰ, ਭਜਨ ਕਰਨ ਦਾ ਮੌਕਾ ਮਾਨੁੱਖ ਦੇ ਹੀ ਹੈ, ਹੋਰ ਕਿਸੇ ਜੋਨੀ ਵਿੱਚ ਭਜਨ ਨਹੀਂ ਹੋ ਸਕਦਾ। ਇਸ ਕਰਕੇ ਉਸ ਵਕਤ ਤਾਂ ਇੱਕ ਨਾ ਮੰਨੀ, ਪਰ ਹੁਣ ਜਦੋਂ ਕਰਮਾਂ ਦਾ ਫਲ ਭੁਗਤਣਾ ਪੈਂਦਾ ਹੈ, ਕਦੇ ਮੂੰਹ ਲੁਕਾਉਣਾ ਹੈ ਕਦੇ ਸਿਰ ਲੁਕਾਉਣਾ, ਹੁਣ ਆਪਣੇ ਕਰਮਾਂ ਦਾ ਫਲ ਭੁਗਤ, ਇਹਦਾ ਖਾਂਦਾ ਰਹੇ, ਇਹਦਾ ਫਲ ਦੇ, ਤਕੜਾ ਹੋ ਕੇ ਚੱਲ ਕਮਾ ਕੇ ਖਵਾ ਇਹਨਾਂ ਨੂੰ। ਇਉਂ ਸਾਧ ਸੰਗਤ ਇੱਥੇ ਦੁੱਖ ਘਨੇਰਿਆ, ਭਜਨ ਤੋਂ ਬਿਨਾਂ ਅੱਗੇ ਠਾਉਰ ਨਾ ਠਾਉਰ। ਉਹ ਮੂੰਹ ਡਰਾਉਣੇ ਅਤੇ ਕੋਝੇ ਹਨ ਜਿਨ੍ਹਾਂ ਰੱਬ ਦਾ ਭਜਨ ਵਸਾਰ ਦਿੱਤਾ, ਪਾਨ ਸੁਪਾਰੀਆਂ ਖਾਤੀਆਂ, ਮੁੱਖ ਬੀੜੀਆਂ ਲਾਈਆਂ,
ਹਰ ਹਰ ਕਦੇ ਨਾ ਚੇਤੇ ਉਹ ਜੰਮ ਪਕੜ ਚਲਾਈਆਂ, ਇਹ ਹਾਲਤ ਹੁੰਦੀ ਹੈ। ਆਓ ਖਿਆਲ ਕਰੋ, ਇਉਂ ਗੁਰੂ ਬਾਬਾ ਜੀ ਨੇ ਵਾਰ ਵਾਰ ਸ਼ਬਦ ਦਾ ਉਚਾਰਨ ਕੀਤਾ, ਤੂੰ ਤੂੰ ਮੋਹਿਨਾ ਤੂੰ। ਸਮਾਪਤੀ ਹੋਈ, ਮਰਦਾਨੇ ਨੇ ਰਬਾਬ ਰੱਖ ਦਿੱਤਾ, ਸਾਹਮਣੇ ਨਿਗਾਹ ਗਈ, ਕੀ ਦੇਖਿਆ? ਇੱਕ ਮੁਰਦਾ ਪਿਆ ਹੋਇਆ, ਸਰੀਰ ਵਿੱਚੋਂ ਸੂਖਸ਼ਮ ਸੀਰ ਦੇ ਸਹਿਜ ਜਦੋਂ ਚੇਤਨ ਕਲਾ ਨਿਕਲ ਜਾਂਦੀ ਹੈ, ਉੱਪਰਲਾ ਸਰੀਰ ਜਿਸਨੂੰ ਅਸਥੂਲ ਸਰੀਰ ਕਹਿੰਦੇ ਹਨ, ਜਿਸਨੂੰ ਕਹਿੰਦੇ ਮਰ ਗਿਆ, ਇਸ ਨੂੰ ਕੋਈ ਦੱਬ ਦਿੰਦਾ, ਕੋਈ ਫੂਕ ਦਿੰਦਾ ਹੈ, ਕਈਆਂ ਨੂੰ ਕਾਂ ਕੁੱਤੇ ਖਾ ਜਾਂਦੇ ਹਨ, ਇਹਦੀ ਇਹੋ ਜਿਹੀ ਦਿਸ਼ਾ ਹੋ ਜਾਂਦੀ ਹੈ। ਮੁਰਦਾ ਪਿਆ, ਮੁਰਦੇ ਵੱਲ ਇੱਕ ਤਾਮਸੀ ਜੋਨੀ ਦਾ ਜਾਨਵਰ ਬਘਿਆੜ ਆ ਰਿਹਾ, ਜਿਹਦਾ ਸਰੀਰ ਬੜਾ ਦੁਬਲਾ ਕਿਰਸ਼, ਲੱਕਾ ਲੱਗਿਆ, ਪਸਲੀਆਂ ਨਿਕਲੀਆਂ, ਦੇਖਣ ਮਾਤਰ ਤੋਂ ਪ੍ਰਤੀਤ ਹੁੰਦਾ ਬੜਾ ਭੁੱਖਾ ਹੋਣਾ ਹੈ। ਉਸ ਮੁਰਦੇ ਦੇ ਚਾਰ ਚੁਫੇਰੇ ਆ ਕੇ ਫਿਰਿਆ, ਖਾਧਾ ਨਹੀਂ, ਵਾਪਸ ਮੁੜ ਗਿਆ, ਦੋ ਚਾਰ ਕਦਮ ਜਾ ਕੇ ਫਿਰ ਮੁੜਿਆ ਆਇਆ, ਆ ਕੇ ਫਿਰ ਉਸ ਮੁਰਦੇ ਨੂੰ ਪੈਰਾਂ ਤੋਂ ਸ਼ੁਰੂ ਕਰਕੇ ਸਿਰ ਤੱਕ ਇਕੱਲੇ ਇਕੱਲੇ ਅੰਗ ਨੂੰ ਸੁੰਘਿਆ, ਫਿਰ ਨਹੀਂ ਖਾਧਾ, ਫਿਰ ਮੁੜ ਗਿਆ। ਮੁੜਿਆ ਜਾਂਦਾ ਵੇਖ ਕੇ ਮਰਦਾਨਾ, ਕਿਉਂਕਿ ਗੁਰੂ ਬਾਬਾ ਜੀ ਦੀ ਉਸ ਤਰਫ ਪਿੱਠ ਸੀ, ਮਰਦਾਨੇ ਦਾ ਮੂੰਹ ਸੀ, ਸੋ ਦੇਖ ਕੇ ਮਰਦਾਨੇ ਦੇ ਚਿੱਤ ਵਿੱਚ ਸ਼ੰਕਾ ਪੈਦਾ ਹੋਇਆ, ਅਰਜ਼ ਕੀਤੀ ਦੋਵੇਂ ਹੱਥ ਜੋੜ ਕੇ ਗੁਰੂ ਬਾਬੇ ਅੱਗੇ, ਗਰੀਬ ਨਵਾਜ਼,
ਆਪਦੇ ਪਿਛਲੇ ਪਾਸੇ ਇੱਕ ਦ੍ਰਿਸ਼ ਦੇਖਿਆ ਜਿਹਨੂੰ ਦੇਖ ਕੇ ਮੇਰੇ ਚਿੱਤ ਵਿੱਚ ਸ਼ੰਕਾ ਪੈਦਾ ਹੋ ਗਿਆ। ਉਹ ਮੁਰਦਾ ਪਿਆ ਹੋਇਆ ਬਘਿਆੜ ਤਾਮਸੀ ਜੋਨੀ ਦਾ ਜਾਨਵਰ ਹੈ ਜਿਸ ਦੀ ਖੁਰਾਕ ਰੱਬ ਨੇ ਕੁਦਰਤੀ ਮਾਂਸ ਬਣਾਇਆ। ਉਸ ਮੁਰਦੇ ਦੇ ਪਹਿਲੇ ਚਾਰ ਸਵੇਰੇ ਫਿਰ ਕੇ ਮੁੜ ਗਿਆ, ਉਸਨੂੰ ਨਹੀਂ ਖਾਧਾ। ਦੁਬਾਰਾ ਆਇਆ, ਪੈਰਾਂ ਤੋਂ ਲਾ ਕੇ ਸਿਰ ਤੱਕ ਸਾਰੇ ਅੰਗਾਂ ਨੂੰ ਸੁੰਘ ਕੇ ਫਿਰ ਉਹ ਮੁੜਿਆ ਜਾ ਰਿਹਾ। ਹਾਲਾਂਕਿ ਉਸਦਾ ਸਰੀਰ ਬੜਾ ਦੁਬਲਾ, ਕਿਰਸ਼ 'ਤੇ ਲੱਕਾ ਲੱਗਿਆ, ਪਸਲੀਆਂ ਨਿਕਲੀਆਂ, ਭੁੱਖਾ ਪ੍ਰਤੀਤ ਹੁੰਦਾ। ਇਸ ਗੱਲ ਵਿੱਚ ਕੀ ਭੇਦ ਹੈ? ਆਪਣ ਤਰਜਾਮੀ ਤਰਕਾਲੀ ਸਰਬੱਗ ਹੋ, ਕਿਰਪਾ ਕਰਕੇ ਦੱਸੋ। ਇਹ ਬਚਨ ਸੁਣ ਕੇ ਗੁਰੂ ਬਾਬਾ ਜੀ ਨੇ ਫਰਮਾਇਆ, ਮਰਦਾਨਿਆ, ਤੇਰੇ ਸ਼ੰਕੇ ਦਾ ਸਮਾਧਾਨ ਬੜੀ ਆਸਾਨੀ ਨਾਲ ਹੋ ਸਕਦਾ ਹੈ। ਬਿਹਤਰ ਹੈ ਉਸ ਬਘਿਆੜ ਨੂੰ ਬੁਲਾਵੇਂ, ਉਹਦੀ ਜ਼ਬਾਨੀ ਸੁਣੇ ਤਾਂ ਚੰਗੀ ਗੱਲ ਹੈ। ਬਘਿਆੜ ਨੂੰ ਬੁਲਾਇਆ, ਗੁਰੂ ਬਾਬਾ ਦੇ ਹੁਕਮ ਤੋਂ ਭਲਾ ਤਿੰਨਾਂ ਲੋਕਾਂ 14 ਭਵਨਾਂ ਵਿੱਚ ਕਿਹੜੀ ਚੀਜ਼ ਬਾਹਰ? ਮੁੜੀ ਆਇਆ, ਆ ਕੇ ਸਿਰ ਨਵਾ ਕੇ ਬੈਠ ਗਿਆ। ਹੁਕਮ ਹੋਇਆ, ਮਰਦਾਨਾ ਪੁੱਛ। ਮਰਦਾਨਾ ਕਹਿਣ ਲੱਗਿਆ, ਤੇਰਾ ਸਰੀਰ ਦੁਬਲਾ ਹੈ, ਕਿਰਸ ਹੈ, ਲੱਕਾ ਲੱਗਿਆ, ਪਸਲੀਆਂ ਨਿਕਲੀਆਂ, ਭੁੱਖਾ ਪ੍ਰਤੀਤ ਹੁੰਦਾ ਹੈ, ਤਾਮਸੀ ਜੋਨੀ ਦਾ ਜਾਨਵਰ ਹੈ, ਕੁਦਰਤ ਵੱਲੋਂ ਤੇਰੀ ਖੁਰਾਕ ਹੀ ਮਾਂਸ ਬਣਿਆ ਹੈ, ਉਹ ਮੁਰਦਾ ਤੇਰੀ ਖੁਰਾਕ ਸੀ। ਪਹਿਲੇ ਉਸਦੇ ਚਾਰ ਸਵੇਰੇ ਫਿਰ ਕੇ ਮੁੜ ਗਿਆ, ਨਹੀਂ ਖਾਧਾ। ਦੁਬਾਰਾ ਮੁੜ ਕੇ ਆਇਆ, ਪੈਰਾਂ ਤੋਂ ਲਾ ਕੇ ਸਿਰ ਤੱਕ ਸੁੰਘਿਆ, ਨਹੀਂ ਖਾਧਾ। ਇਸ ਗੱਲ ਵਿੱਚ ਕੀ ਭੇਦ ਹੈ? ਖੋਲ੍ਹ ਕੇ ਦੱਸ। ਭਾਵੇਂ ਜਾਨਵਰ ਆਪਣੀ ਆਪਣੀ ਬੋਲੀ ਵਿੱਚ ਬੋਲਦੇ ਹਨ, ਪਰ ਇੱਥੇ ਲੋੜ ਸੀ ਮਰਦਾਨੇ ਨੂੰ ਮਨੁੱਖੀ ਬੋਲੀ ਵਿੱਚ ਬੋਲ ਕੇ ਸਮਝਾਉਣ ਦੀ। ਜਿਸ ਵਕਤ ਮਰਦਾਨੇ ਨੇ ਸਵਾਲ ਕੀਤਾ, ਗੁਰੂ ਬਾਬਾ ਜੀ ਦੀ ਕਿਰਪਾ ਕਰਕੇ ਉਸ ਬਘਿਆੜ ਨੂੰ ਮਨੁੱਖੀ ਬੋਲੀ ਬੋਲਣ ਵਿੱਚ ਇਉਂ ਤਾਕਤ ਆਈ ਜਿਵੇਂ 8ਵੇਂ ਗੁਰੂ ਨਾਨਕ ਨੇ ਉਸ ਗੂੰਗੇ ਨੂੰ ਗਿਆਨ ਕਰਨ ਦੀ ਤਾਕਤ ਬਖਸ਼ੀ ਸੀ ਪੰਜੋਖਰੇ ਵਿੱਚ। ਸਵਯੰ ਬਘਿਆੜ ਕਹਿੰਦਾ, ਭਾਈ ਮਰਦਾਨਾ, ਮੈਂ 8 ਦਿਨ ਦਾ ਭੁੱਖਾ ਹਾਂ, 8 ਦਿਨ ਹੋ ਗਏ ਮੈਨੂੰ ਕੁਛ ਖਾਣ ਵਾਸਤੇ ਨਹੀਂ ਮਿਲਿਆ। ਤੂੰ ਜਾਣਦਾ ਹੀ ਹੈ 8 ਦਿਨ ਦੀ ਭੁੱਖ ਕਿਸੇ ਵਾਸਤੇ ਕਿਤਨੀ ਦੁਖਦਾਈ ਹੁੰਦੀ ਹੈ, ਫਿਰ ਤਾਮਸੀ ਜੋਨੀ ਦੇ ਜਾਨਵਰਾਂ ਵਾਸਤੇ ਤਾਂ ਬਹੁਤੀ ਦੁਖਦਾਈ ਹੁੰਦੀ ਹੈ। ਜਿਸ ਵਕਤ ਤੂੰ ਰਬਾਬ ਵਜਾਉਂਦਾ ਸੀ, ਗੁਰੂ ਬਾਬਾ ਜੀ ਦੇ ਪਵਿੱਤਰ ਗਲੇ ਤੋਂ ਸ਼ਬਦ ਦਾ ਉਚਾਰਨ ਹੁੰਦਾ ਸੀ, ਮੈਂ ਇਸ ਮੁਰਦੇ ਨੂੰ ਵੇਖਿਆ। ਚਿੱਤ ਵਿੱਚ ਬੜੀ ਖੁਸ਼ੀ ਹੋਈ ਵੀ ਖਾ ਕੇ 8 ਦਿਨ ਦੀ ਭੁੱਖ ਦੂਰ ਕਰੂੰਗਾ, ਪਰ ਸ਼ਬਦ ਮੇਰੇ ਕੰਨ ਦੁਆਰਾ ਉਹ ਹਿਰਦੇ ਵਿੱਚ ਪਹੁੰਚਿਆ, ਮੇਰੇ ਹਿਰਦੇ ਨੂੰ ਸ਼ੁੱਧ ਅਤੇ ਪਵਿੱਤਰ ਕਰ ਗਿਆ, ਜਿਸ ਦੁਆਰਾ ਮੈਨੂੰ ਇਤਨਾ ਇਲਮ ਹੋ ਗਿਆ, ਇਤਨਾ ਗਿਆਨ ਹੋ ਗਿਆ, ਇਤਨੀ ਸਮਝ ਆ ਗਈ ਇਹ ਮੁਰਦਾ ਆਪਣੀ ਜ਼ਿੰਦਗੀ ਵਿੱਚ ਕਿਹੋ ਜਿਹਾ ਸੀ। ਨਾਸਤਕ ਜਾਂ ਕਿ ਆਸਤਕ, ਰੱਬ ਦੀ ਹਸਤੀ ਤੋਂ ਮੁਨਕਰ ਨੂੰ ਨਾਸਤਕ ਕਹਿੰਦੇ ਹਨ, ਰੱਬ ਦੀ ਹਸਤੀ 'ਤੇ ਵਿਸ਼ਵਾਸ ਰੱਖਣ ਵਾਲੇ ਨੂੰ ਆਸਤਕ ਕਹਿੰਦੇ ਹਨ। ਸੋ ਭਾਈ ਮਰਦਾਨਾ, ਇਹ ਮੁਰਦਾ ਆਪਣੀ ਜ਼ਿੰਦਗੀ ਵਿੱਚ ਨਾਸਤਕ ਰਿਹਾ ਹੈ। ਨਾਸਤਕ ਤਾਂ ਸਾਰੇ ਪਾਪਾਂ ਦੀ ਮਾਂ ਹੈ, ਇਸ ਕਰਕੇ ਸੋਚਿਆ ਜੇ ਪਾਪੀ ਪੁਰਸ਼ ਦਾ ਮਾਸ ਨਹੀਂ ਖਾਣਾ ਚਾਹੀਦਾ। ਪਹਿਲੇ ਹੀ ਪਿਛਲੇ ਪਾਪ ਕਰਮਾਂ ਦਾ ਫਲ ਤਾਮਸੀ ਜੋਨੀ ਬਘਿਆੜ ਜੋਨੀ ਵਿੱਚ ਫਿਰ ਰਿਹਾ ਹਾਂ। ਜੇਕਰ ਹਜੇ ਪਾਪੀ ਪੁਰਸ਼ ਦਾ ਮਾਸ ਖਾ ਲਿਆ, ਮੇਰੇ ਵਾਸਤੇ ਇਦੋਂ ਵੀ ਨਿਸ਼ਿਧ ਜੋਨੀ ਨਾ ਕਿਤੇ ਪ੍ਰਾਪਤ ਹੋਵੇ, ਇਹ ਜਾਣ ਕੇ ਛੋੜ ਦਿੱਤਾ। ਫਿਰ ਚੂੰਕਿ ਭੁੱਖ ਡਾਢੀ ਲੱਗੀ ਸੀ, ਇਸ ਕਰਕੇ ਮੈਂ ਦੁਬਾਰਾ ਮੁੜ ਕੇ ਆਇਆ, ਪੈਰਾਂ ਤੋਂ ਲਾ ਕੇ ਸਿਰ ਤੱਕ ਇਕੱਲੇ ਇਕੱਲੇ ਅੰਗ ਨੂੰ ਸੁੰਘਿਆ ਵੀ ਸ਼ਾਇਦ ਕੋਈ ਅੰਗ ਪਵਿੱਤਰ ਹੋਏ, ਪੈਰਾਂ ਨਾਲ ਚੱਲ ਕੇ ਕਿਤੇ ਸਤਸੰਗ ਵੀ ਚਲਾ ਗਿਆ ਹੋਵੇ, ਹੱਥੀਂ ਕੋਈ ਟਹਿਲ ਸੇਵਾ ਦਾਨ ਆਦਿ ਹੋ ਗਿਆ ਹੋਵੇ, ਨੇਤਰਾਂ ਕਰਕੇ ਕਿਸੇ ਮਹਾਂਪੁਰਖ ਦੇ ਗੁਰੂ ਦੇ ਦਰਸ਼ਨ ਕਰ ਲਏ ਹੋਣ, ਕੰਨਾਂ ਕਰਕੇ ਕਿਤੇ ਹਰੀ ਦਾ ਜਸ ਸੁਣ ਲਿਆ ਹੋਵੇ ਭੁੱਲ ਚੁੱਕ ਕੇ, ਔਰ ਜ਼ਬਾਨ ਕਰਕੇ ਹਰੀ ਦਾ ਜਸ ਕਿਤੇ ਦੇ ਜ਼ਬਾਨ 'ਚੋਂ ਨਿਕਲ ਗਿਆ ਹੋਵੇ, ਹੋਰ ਨਹੀਂ ਜੇ ਦੇ ਸਰੀਰ 'ਤੇ ਕਿਸੇ ਮਹਾਂਪੁਰਖ ਦੀ ਚਰਨ ਧੂੜੀ ਹੀ ਪੈ ਗਈ ਹੋਵੇ,
ਕੋਈ ਅੰਗ ਤਾਂ ਪਵਿੱਤਰ ਹੋਵੇ ਜਿਹਨੂੰ ਖਾ ਕੇ ਮੈਂ ਥੋੜ੍ਹੀ ਬਹੁਤ ਭੁੱਖ ਦੂਰ ਕਰਾਂ। ਇਉਂ ਜਾਣ ਕੇ ਮੈਂ ਸਾਰੇ ਅੰਗ ਸੁੰਘੇ, ਪਰ ਭਾਈ ਮਰਦਾਨਾ ਉੱਕਾ ਹੀ ਕੋਰਾ ਸੀ। ਇਹ ਜਾਣ ਕੇ ਮੈਂ ਛੋੜ ਦਿੱਤਾ। ਰੱਬ ਨੇ ਪਹਿਲੇ ਹੀ ਰੱਬੀ ਗੁਨਾਹਗਾਰਾਂ ਵਾਸਤੇ 84 ਨਰਕ ਛੋਟੇ ਵੱਡੇ, 18 ਵੱਡੇ ਵੱਡੇ ਬਣਾਏ। ਜੇਕਰ ਇਹੋ ਜਿਹੇ ਪਾਪੀ ਪੁਰਸ਼ ਦਾ ਮਾਂਸ ਖਾ ਲਿਆ, ਕਿਤੇ ਮੇਰੇ ਵਾਸਤੇ ਨਵਾਂ ਹੀ ਨਰਕ ਨਾ ਤਿਆਰ ਹੋ। ਇਹ ਜਾਣ ਕੇ ਮੈਂ ਇਸ ਨੂੰ ਛੱਡ ਦਿੱਤਾ। ਭੁੱਖ ਤਾਂ ਡਾਢੀ ਲੱਗੀ ਹੈ। ਇੰਨੀ ਗੱਲ ਜਦੋਂ ਸੁਭਗਿਆਨ ਨੇ ਕਹੀ, ਗੁਰੂ ਜੀ ਕਹਿਣ, ਦੇਖਿਆ ਮਰਦਾਨਾ, ਉਹ ਤਾਮਸੀ ਜੋਨੀ ਦੇ ਜਾਨਵਰ ਵੀ ਇਹੋ ਜਿਹੇ ਨਾਸਤਿਕ ਪੁਰਸ਼ਾਂ ਨੂੰ, ਭਗਤਹੀਨ ਪੁਰਸ਼ਾਂ ਨੂੰ ਕਿਹਾ ਜਾ ਬੁਰਾ ਸਮਝਦੇ ਹਨ। ਰਬਾਬ ਉਠਾ, ਮਰਦਾਨੇ ਨੇ ਰਬਾਬ ਉਠਾਇਆ, ਹਜ਼ੂਰ ਦੇ ਪਵਿੱਤਰ ਗਲੇ ਤੋਂ ਐਸੇ ਉਚਾਰਨ ਹੋਇਆ। ਕਾਹੇ ਜਗ ਆਏ ਨੇ ਭਗਤੀ ਤੋਂ, ਭਗਤਹੀਣ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵਨਾ ਕਿੰਨੀ ਬਿਰਥਾ ਜਨਮ ਗਵਾਇਆ। ਭਗਤਹੀਣ ਪੁਰਸ਼ ਕਿਉਂ ਮਾਨਵ ਤਨ ਧਾਰ ਕੇ ਦੁਨੀਆਂ 'ਤੇ ਆਇਆ, ਜਿਸਨੇ ਗੁਰੂ ਕੀ ਸੇਵਾ ਨਹੀਂ ਕੀਤੀ, ਵਾਹਿਗੁਰੂ ਦਾ ਭਜਨ ਨਹੀਂ ਕੀਤਾ, ਉਹਦਾ ਆਉਣਾ ਸੰਸਾਰ 'ਤੇ ਉਹ ਨਿਸਫਲ ਹੈ। ਜਿਵੇਂ ਕਿਸੇ ਕਿਸੇ ਬੱਕਰੀ ਦੇ ਗਲ ਵਿੱਚ ਦੋ ਥਣ ਹੁੰਦੇ ਹਨ, ਉਹਨਾਂ ਵਿੱਚ ਦੁੱਧ ਨਹੀਂ ਹੁੰਦਾ, ਦੁੱਧ ਤੋਂ ਬਿਨਾਂ ਉਹਨਾਂ ਦਾ ਹੋਣਾ ਵਿਅਰਥ ਮੰਨਿਆ। ਇਸੇ ਤਰ੍ਹਾਂ ਮਾਨਵ ਤਨ ਧਾਰਿਆ ਵਾਹਿਗੁਰੂ ਦੀ ਭਗਤੀ ਤੋਂ ਬਿਨਾਂ ਵਿਅਰਥ ਹੈ। ਸਾਹਿਬ ਗੁਰੂ ਰਾਮਦਾਸ ਜੀ ਐਸਾ ਫਰਮਾਉਂਦੇ ਹਨ, ਜਿੰਨੀ ਐਸ ਹਰ ਨਾਮ ਮਾਨਸ ਜਾ।
ਦਾ ਚੌਥੇ ਪਾਤਸ਼ਾਹ ਫਰਮਾਉਂਦੇ ਹਨ। ਸੋ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭਾਈ ਮਰਦਾਨਾ, ਜਿਨ੍ਹਾਂ ਪੈਰਾਂ ਨਾਲ ਚੱਲ ਕੇ ਇਹ ਸਤਸੰਗ ਵਿੱਚ ਨਹੀਂ ਜਾਂਦਾ, ਬੁਰੇ ਥਾਵੀਂ ਜਾਂਦਾ ਹੈ, ਉਹਨਾਂ ਪੈਰਾਂ ਨਾਲ ਦਰਖਤਾਂ ਦੀਆਂ ਜੜ੍ਹਾਂ ਅੱਛੀਆਂ ਹਨ, ਜਿਨ੍ਹਾਂ ਹੱਥਾਂ ਦੇ ਨਾਲ ਬੁਰਾਈਆਂ ਤਾਂ ਕਰਦਾ ਹੈ ਪਰ ਸਤਸੰਗ ਦੀ ਗੁਰੂ ਕੀ ਸੇਵਾ ਜਾਂ ਦਾਨ ਆਦਿ ਨਹੀਂ ਕਰਦਾ, ਉਹਨਾਂ ਹੱਥਾਂ ਦੇ ਨਾਲ ਦਰਖਤਾਂ ਦੀਆਂ ਟਾਹਣੀਆਂ ਚੰਗੀਆਂ ਹਨ, ਜਿਨ੍ਹਾਂ ਕੰਨਾਂ ਕਰਕੇ ਨਿੰਦਿਆ ਚੁਗਲੀ ਝੂਠ ਮੂਠ ਕਿੱਚ ਪਿੱਚ ਤਾਂ ਦਿਨ ਰਾਤ ਸੁਣਦਾ ਹੈ ਪਰ ਵਾਹਿਗੁਰੂ ਦਾ ਜਸ ਪ੍ਰੇਮ ਨਾਲ ਨਹੀਂ ਸੁਣਦਾ, ਉਹਨਾਂ ਕੰਨਾਂ ਦੇ ਨਾਲੋਂ ਸੱਪਾਂ ਦੇ ਰਹਿਣ ਦੀਆਂ ਵਰਮੀਆਂ ਚੰਗੀਆਂ ਹਨ, ਜੀ ਜ਼ਬਾਨ ਨਾਲ ਵਾਹਿਗੁਰੂ ਦਾ ਜਸ ਨਹੀਂ ਕਰਦਾ, ਨਿੰਦਿਆ ਚੁਗਲੀ ਝੂਠ ਮੂਠ ਕਿੱਚ ਪਿੱਚ ਦਿਨ ਰਾਤ ਬੋਲਦਾ ਹੈ, ਉਹ ਜ਼ਬਾਨ ਨਾਲੋਂ ਮੇਂਢਕ ਦੀ ਡੱਡੂ ਦੀ ਜ਼ਬਾਨ ਚੰਗੀ ਹੈ, ਜਿਹਨਾਂ ਨੇਤਰਾਂ ਕਰਕੇ ਖੋਟੀ ਨਿਗਾਹੀ ਤਾਂ ਦੇਖਦਾ ਹੈ ਪਰ ਪਿਆਰ ਨਾਲ ਗੁਰੂ ਗੁਰੂ ਸਵਾਰ ਦੇ ਦਰਸ਼ਨ ਨਹੀਂ ਕਰਦਾ, ਉਹਨਾਂ ਅੱਖਾਂ ਨਾਲ ਮੋਰ ਦੇ ਖੰਭਾਂ 'ਤੇ ਟਿੱਕੀਆਂ ਭਲੀਆਂ ਹਨ, ਜਿਹੜਾ ਸਿਰ ਭਾਵੇਂ ਹੀਰੇ ਲਾਲ ਜਵਾਹਰਾਤ ਆਦਿ ਦੇ ਮੁਕਟਾਂ ਦੇ ਸਿੰਘ ਵੀ ਕਿਉਂ ਨਾ ਹੋਵੇ, ਉਹ ਗੁਰੂ ਪਰਮੇਸ਼ਰ ਅੱਗੇ ਨਹੀਂ ਨਿਮਦਾ ਹੈ, ਉਹ ਭਾਰ ਰੂਪ ਹੈ, ਜਿਸ ਹਿਰਦੇ ਦੇ ਵਿੱਚ ਰੱਬ ਦਾ ਵਾਸਾ ਨਹੀਂ ਉਹ ਪੱਥਰ 'ਤੇ ਛੂਨ ਹੈ, ਕਿਉਂ ਸਾਰਾ ਸਰੀਰ ਸਰੀਰ ਦੇ ਅੰਗ ਹੀ ਵਿਅਰਥ ਹਨ ਵਾਹਿਗੁਰੂ ਦੀ ਸੇਵਾ ਭਗਤੀ ਤੋਂ ਬਿਨਾਂ। ਤਾਂ ਗੁਰੂ ਜੀ ਕਹਿੰਦੇ ਨੇ ਇਸ ਦੇ ਆਉਣ ਦਾ ਪ੍ਰਯੋਜਨ ਤਾਂ ਇਹੀ ਕੁਛ ਹੈ। ਤੂੰ ਤਾਂ ਨਾਮ ਦੇ ਜਪਣ ਆਇਆ ਦੱਸਦਾ ਹੈ। ਆਵਨ ਤੋਂ ਇੱਕ ਇੱਕ ਆਇਆ
ਜਨਮ ਤਮੋਇਆ ਮੋਹਣੀ ਮਾਇਆ। ਮਾਨੁਖ ਤਨ ਦਾ ਮੁੱਖ ਫਰਜ਼ ਵਾਹਿਗੁਰੂ ਦੀ ਬੰਦਗੀ ਕਰਨਾ ਹੈ। ਹੁਣ ਸਮੇਂ ਵੱਲ ਵੀ ਦੇਖੋ, ਸਾਰੀ ਸੰਗਤ ਪਹਿਲੇ ਤਿੰਨ ਹਿੱਸਿਆਂ ਵਿੱਚ ਸ੍ਰੀ ਅਨੰਦ ਸਾਹਿਬ ਦਾ ਪਾਠ ਕਰੋ, ਫਿਰ ਗੁਰੂ ਸਤੋਤਰ ਵਿੱਚ ਗਜ ਵਜ ਕੇ ਬੋਲੋ, ਕੋਈ ਜ਼ਬਾਨ ਐਸੀ ਨਾ ਹੋਵੇ ਜੋ ਖਾਲੀ ਰਹਿ ਜਾਏ। ਫਿਰ ਅਰਦਾਸ ਵਿੱਚ ਜੁੜੋ, ਹੁਕਮਨਾਮਾ ਸੁਣ ਕੇ ਗੁਰੂ ਮਹਾਰਾਜ ਦਾ ਪ੍ਰਸ਼ਾਦ ਲੈ ਕੇ ਚਾਲੇ ਪਾਓ, ਫਿਰ ਤੁਹਾਡਾ ਦੂਸਰਾ ਦੀਵਾਨ ਸਮਾਪਤ ਹੁੰਦਾ, ਬਾਕੀ ਤਿੰਨ ਸਿਰਫ ਰਹਿ ਜਾਂਦੇ ਹਨ। ਰਾਮ ਕਲੀ ਮਹਲਾ ਤੀਜਾ ਆਨੰਦ ਓਂਕਾਰ ਸਤਿਗੁਰ ਪ੍ਰਸ਼ਾਦ ਆਨੰਦ ਪਿਆ ਸੁਣ ਮੇਰੀ ਮਾਏ
ਧਨ ਹੈ ਗੁਰੂ ਨਾਨਕ ਸਾਹਿਬ ਧਨ ਆਹ
ਸਾਗਰੀ ਤੁਮਰ ਸੁਤਰ ਤਾਰੀ ਤੁਮਰੇ ਹੋਏ ਸੋ ਆਗਿਆਕਾਰੀ ਤੁਮਰੀ ਰਾਤ ਮੇਕ ਤੁਮਰੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਤੋਇ ਆਗੇ ਅਰਦਾਸ ਹਮਾਰੀ ਦੇਗ ਬਹਾਦਰ ਸਿਮਰੀਏ